ਇੱਕ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਟਵੀਟੋ ਟਵੀਟ ਹੋ ਰਹੇ ਨੇ, ਇੱਕ ਤਾਪਮਾਨ ਗਰਮ ਤੇ ਉੱਤੋਂ ਸਿੱਧੂ ਦੀਆਂ ਬਿਆਨਬਾਜ਼ੀਆਂ ਨੇ ਵਾਤਾਵਰਨ ਪੂਰੀ ਤਰ੍ਹਾਂ ਪਖਾ ਰੱਖਿਆ। ਪੰਜਾਬ ਕੈਬਨਿਟ 'ਚ ਤਾਂ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਦਾ ਮਹਿਕਮਾ ਖੋਏ ਜਾਣ ਦੀ ਹਾਲ ਦੁਹਾਈ ਵੀ ਮੱਚ ਗਈ ਹੈ, ਪਰ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਤਾਂ ਪੂਰੇ ਮਾਮਲੇ ਨੂੰ ਹੀ ਗੋਲਮੋਲ ਕਰ ਦਿੱਤਾ। ਕਿਹਾ ਕਿ ਕੈਪਟਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੋਈ ਵੀ ਤਕਰਾਰ ਨਹੀਂ ਚੱਲ ਰਹੀ। ਸਿੱਧੂ ਨੂੰ ਬੇਹੱਦ ਸਮਝਦਾਰ ਵਿਅਕਤੀ ਦੱਸਿਆ ਅਤੇ ਕਿਹਾ ਕਿ ਮਹਿਕਮਾ ਬਦਲਣਾ ਕੋਈ ਵੀ ਵੱਡੀ ਗੱਲ ਨਹੀਂ, ਕੈਪਟਨ ਸਾਹਿਬ ਸਾਰੇ ਮਹਿਕਮਿਆਂ ਦਾ ਰਿਵਿਊ ਕਰਦੇ ਰਹਿੰਦੇ ਨੇ। ਇਸ ਮਾਮਲੇ ਤੇ ਬਾਜਵਾ ਸਾਹਿਬ ਨੇ ਕੁਛ ਵੀ ਖੁੱਲ ਕੇ ਬੋਲਣਾ ਮੁਨਾਸਿਬ ਨਾ ਸਮਝਿਆ ਤੇ ਦੋ ਟੁਕ ਜਵਾਬ ਦੇ ਕੇ ਤੁਰਦੇ ਬਣੇ। ਸਿੱਧੂ ਸਾਹਿਬ ਸਾਡੇ ਕੁਲੀਗ ਨੇ, ਸਾਡੇ ਰਿਸਪੈਕਟਡ ਮਿਨਿਸਟਰ ਨੇ, ਕੋਈ ਇਹੋ ਜਿਹੀ ਕੋਈ ਕੰਟਰੋਵਰਸੀ ਨਹੀਂ ਹੈਗੀ। ਕੋਈ ਡਿਫਰੈਂਸਿਸ ਨਹੀਂ ਹੈਗੇ। ਚੀਫ ਮਿਨਿਸਟਰ ਸਾਹਿਬ ਦਾ ਆਪਣਾ ਹੱਕ ਹੈ, ਉਹ ਹਰ ਮਹਿਕਮੇ ਨੂੰ ਰਿਵਿਊ ਕਰਦੇ ਰਹਿੰਦੇ ਨੇ, ਇਹ ਕੋਈ ਡਿਫਰੈਂਸਿਸ ਵਾਲੀ ਕੋਈ ਗੱਲ ਨਹੀਂ ਹੈਗੀ। ਉਹ ਇਲੈਕਸ਼ਨ ਨੇ ਕੱਢਿਆ, ਅਸੀਂ ਆ ਗਏ, ਕੰਵਰ ਵਿਜੇ ਪ੍ਰਤਾਪ ਆ ਗਏ, ਆਪਣਾ ਕੰਮ ਕਰ ਰਹੇ ਹਾਂ, ਚੱਲੀ ਜਾ ਰਹੀ ਹੈ। ਚਲੋ ਕੋਈ ਨੀ, ਸਿੱਧੂ ਸਾਹਿਬ ਦਾ ਹੱਕ ਹੈ ਆਪਣਾ ਬੋਲਣਾ, ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਸਿੱਧੂ ਸਾਹਿਬ ਵੀ ਬਹੁਤ ਚੰਗੇ ਨੇ, ਇਹੋ ਜਿਹਾ ਕੋਈ ਮਸਲਾ ਨਹੀਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।